ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਹਾਜ਼ਰ ਨੇ ਸਾਡੇ ਨਾਲ ਤੀਰਥ ਸਿੰਘ ਪਨੈਕਲ, ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ। ਕੈਨੇਡਾ ਨੂੰ ਲੈ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੈਨੇਡਾ ਤੋਂ ਨੈਗੇਟਿਵ ਖਬਰਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਕਿ ਸੱਚਮੁੱਚ ਕੈਨੇਡਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ। ਤੀਰਥ ਸਿੰਘ ਪਨੈਕਲ ਲਗਾਤਾਰ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਸੰਪਰਕ 'ਚ ਰਹਿੰਦੇ ਨੇ, ਬਹੁਤ ਵੱਡੀ ਗਿਣਤੀ 'ਚ ਉਹਨਾਂ ਨੇ ਵਿਦਿਆਰਥੀ ਉੱਥੇ ਭੇਜੇ ਨੇ। ਪੰਜਾਬ 'ਚ ਵੀ ਬਹੁਤ ਸਾਰੇ ਲੋਕ ਕੈਨੇਡਾ ਵਿਦਿਆਰਥੀ ਭੇਜਣ ਨੂੰ ਲੈ ਕੇ ਅੱਜ ਕੱਲ੍ਹ ਚਿੰਤਾ 'ਚ ਨੇ, ਕਹਿੰਦੇ ਆਇਲਟਸ ਸੈਂਟਰਸ ਦੇ ਵਿੱਚ ਵੀ ਦਾਖਲੇ ਘੱਟ ਹੋ ਰਹੇ ਨੇ। ਇਹ ਤਮਾਮ ਸਥਿਤੀਆਂ ਕਿਉਂ ਬਣੀਆਂ ਨੇ, ਇੰਨੀਆਂ ਜ਼ਿਆਦਾ ਨੈਗੇਟਿਵ ਗੱਲਾਂ, ਕੀ ਸਿਰਫ ਗੱਲਾਂ ਨੇ ਜਾਂ ਇਹਨਾਂ ਦੇ ਪਿੱਛੇ ਤੱਥ ਵੀ ਨੇ, ਇਹ ਸਾਰੇ ਵਿਸ਼ੇ 'ਤੇ ਅੱਜ ਤੀਰਥ ਸਿੰਘ ਪਨੈਕਲ ਸਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ। ਤੀਰਥ ਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ, ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੀਰਥ ਜੀ, ਤੁਹਾਡੀ ਗੱਲ 'ਤੇ ਬਹੁਤ ਭਰੋਸਾ ਕਰਦੇ ਨੇ ਵਿਦਿਆਰਥੀ, ਹੁਣ ਇਹ ਗੱਲਾਂ ਬਹੁਤ ਨੇ ਕਿ ਕੈਨੇਡਾ ਨੈਗੇਟਿਵ ਹੈ, ਕੈਨੇਡਾ ਨਾ ਜਾਇਆ ਜਾਵੇ, ਹੁਣ ਤੁਸੀਂ ਇਹਨਾਂ ਸਾਰੀਆਂ ਸਥਿਤੀਆਂ ਦਾ ਵਰਣਨ ਕਿਵੇਂ ਕਰੋਗੇ? ਤੇ ਬਿਲਕੁਲ ਸਰ, ਸਾਡੀਆਂ ਵੀਡੀਓਜ਼ 'ਤੇ ਵੀ ਕਮੈਂਟ ਆ ਜਾਂਦੇ ਕਿ ਇਹਨਾਂ ਦਾ ਤਾਂ ਕਾਰੋਬਾਰ ਆ, ਇਹਨਾਂ ਨੇ ਤਾਂ ਨਾ ਹੱਕ ਦੀ ਗੱਲ ਕਰਨੀ ਹੈ ਅਤੇ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਮੈਂ ਤਾਂ ਕਹੂੰਗਾ ਬੇਟਾ ਉਹ ਬੈਠਾ ਹੋ, ਵਾਹਿਗੁਰੂ ਜਿਹੜਾ ਮੇਰੇ ਹੱਕ ਦਾ ਨਾ ਉਹ ਮੇਰੇ ਤੋਂ ਕੋਈ ਲੈ ਨਹੀਂ ਸਕਦਾ ਹੈਗਾ। ਸੋ ਮੈਂ ਤਾਂ ਬਹੁਤ ਜ਼ਿਆਦਾ, ਮੈਂ ਤਾਂ ਕਹੂੰਗਾ ਹਮੇਸ਼ਾ ਸ਼ੁਕਰਾਨੇ ਦੇ ਵਿੱਚ ਅਤੇ ਪੋਜ਼ਿਟਿਵਿਟੀ ਦੇ ਵੱਡੇ ਲੈਵਲ 'ਤੇ ਯਕੀਨ ਕਰਦਾ। ਸੋ ਜੋ ਸਾਰੀਆਂ ਚੀਜ਼ਾਂ ਹੋ ਰਹੀਆਂ ਨਾ, ਤੋ ਮੈਂ ਤਾਂ ਇਹ ਕਹਿੰਦਾ ਹੁੰਦਾ ਅੱਜ ਦੀ ਡੇਟ ਦੇ ਵਿੱਚ, ਕਹਿੰਦੇ ਨਾ ਰੀਅਲ ਲਾਈਫ ਅਤੇ ਰੀਅਲ ਲਾਈਫ ਦੇ ਵਿੱਚ ਜਿਹੜੀ ਹੈਗੀ ਹੈ, ਜਿਹੜੀ ਇੰਸਟਾਗ੍ਰਾਮ ਛੋਟੀ ਜਿਹੀ 10-10, 15-15, 20-20 ਸੈਕਿੰਡ ਦੀਆਂ ਵੀਡੀਓਜ਼ ਹੈ ਨਾ ਜਿਹੜੀਆਂ ਸਰ, ਉਹ ਚੀਜ਼ਾਂ ਨੇ ਸਰ ਜਿਹੜਾ ਸਾਡੇ ਦਿਮਾਗ 'ਤੇ ਅਸਰ ਕਰਦੀਆਂ ਨੇ ਸਰ, ਉਹਦਾ ਕੋਈ ਹੱਲ ਨਹੀਂ ਹੈਗਾ ਐਸਾ। ਕਹਿੰਦੇ ਨਾ ਰੀਅਲ ਲਾਈਫ ਅਤੇ ਰੀਅਲ ਲਾਈਫ ਦੇ ਵਿੱਚ ਅਸਲੀਅਤ ਜਿਹੜੀ ਜ਼ਿੰਦਗੀ ਦੀ ਹੈਗੀ ਆ, ਆਪਾਂ ਉਸ ਚੀਜ਼ ਤੋਂ ਬਹੁਤ, ਮੈਂ ਤਾਂ ਕਹੂੰਗਾ ਵੱਖਰੇ ਜਿਹੜਾ ਕੀ ਆ ਚੱਲਣਾ ਸ਼ੁਰੂ ਹੋ ਚੁੱਕੇ ਹਾਂ। ਪਹਿਲੀਆਂ 'ਚ ਕੀ ਸੀਗਾ, ਮਤਲਬ ਕਿ ਬੱਚੇ ਦਾ ਫਾਦਰ, ਬੱਚੇ ਦਾ ਗ੍ਰੈਂਡਫਾਦਰ, ਦਾਦਾ, ਮਤਲਬ ਕਿ ਬਾਕੀ ਰਿਸ਼ਤੇਦਾਰ ਸਮਝਾਉਂਦੇ ਹੁੰਦੇ ਸੀ ਪੁੱਤ ਜ਼ਿੰਦਗੀ 'ਚ ਇਹ ਕਰਨਾ, ਆ ਇੱਦਾਂ ਇੱਦਾਂ ਚੱਲਣੀ ਆ। ਅੱਜ ਕੱਲ੍ਹ ਕੀ ਹੁੰਦਾ, ਸਵੇਰੇ ਉੱਠਦੇ ਹਾਂ ਜੀ ਲੱਗੇ ਹੋਏ ਮੇਰੇ ਵਰਗੇ ਬੋਲਣ ਫਟਾਫਟ ਕਿ ਇਹ ਚੀਜ਼ਾਂ ਆ ਰਹੀਆਂ, ਆਹ ਹੋ ਗਿਆ, ਆਹ ਹੋ ਗਿਆ, ਕੁਛ ਨਹੀਂ ਬਚਿਆ। ਤੋ ਮੈਂ ਤਾਂ ਕਹੂੰਗਾ ਕਿ ਜੋ ਸਾਡੇ ਅੰਦਰ ਜਾਏਗਾ ਉਹੀ ਕਿਤੇ ਆਪਾਂ ਉੱਦਾਂ ਦੇ ਜਿਹੜੇ ਕੀ ਹੋਵਾਂਗੇ। ਸਵੇਰੇ ਸਵੇਰੇ ਜਦੋਂ ਨੈਗਟਿਵਿਟੀ ਅੰਦਰ ਜਾਂਦੀ ਹੈ ਤਾਂ ਕਿੱਦਾਂ ਜਿਗਰਾ ਪੈ ਜਾਏਗਾ ਕਿ ਆਪਾਂ ਉਸ ਚੀਜ਼ ਬਾਰੇ ਪੋਜ਼ਿਟਿਵ ਗੱਲ ਕਰ ਲਾਂਗੇ। ਤੋ ਮੇਰਾ ਤਾਂ ਇਸ ਵੇਲੇ ਇਹੋ ਮੰਨਣਾ ਵਾ, ਦੋ ਚੀਜ਼ਾਂ ਨਾਲ ਮੈਨੂੰ ਡਿਸਕ੍ਰਾਈਬ ਕਰੂੰਗਾ। ਪਹਿਲੀ ਗੱਲ ਤਾਂ ਆ ਸੋਸ਼ਲ ਮੀਡੀਆ 'ਤੇ ਨੈਗਟਿਵਿਟੀ ਆਪਣੇ ਵਿਊਜ਼ ਲੈਣ ਲਈ, ਇੱਕ ਚੀਜ਼ ਨੂੰ ਮੈਨੂੰ ਨੋਟ ਕਰਕੇ ਦੇਖ ਲਓ, ਜਿਹੜੇ ਵੀ ਕਿਸੇ ਮੰਚ 'ਤੇ ਤੁਸੀਂ ਕੈਨੇਡਾ ਦੇ ਖਿਲਾਫ ਨੈਗਟਿਵਿਟੀ ਦੇਖੀ ਹੋਗੀ ਨਾ, ਜਿਹੜੇ ਪੇਜ 'ਤੇ ਦੁਬਾਰਾ ਜਾ ਕੇ ਦੇਖਿਓ, ਇਸ ਵੇਲੇ ਉਹ ਪੇਜ ਨਾ ਉਹਦੇ ਫੋਲੋਅਰਸ ਬੜੇ ਹੋਣੇ, ਸਭ ਕੁਝ ਹੋਣਾ, ਇਸ ਵੇਲੇ ਉਹ ਆਪਣੀਆਂ ਪੇਡ ਐਡਾਂ ਲਾ ਰਹੇ ਹੋਣੇ ਆ, ਕਿਸੇ ਦਾ ਬਿਜ਼ਨਸ ਪ੍ਰਮੋਟ ਕਰ ਰਹੇ। ਅਗਲਿਆਂ ਦਾ ਤਾਂ ਕਾਰੋਬਾਰ ਚੱਲ ਗਿਆ ਜੀ, ਜਿਹੜੇ ਕਹਿੰਦੇ ਸੀ ਕੈਨੇਡਾ ਕੰਮ ਨਹੀਂ, ਵੀਡੀਓ ਬਣਾ ਬਣਾ ਭੇਜਦੇ ਸੀ ਨਾ, ਅਗਲਿਆਂ ਦਾ ਤਾਂ ਮੋਟਾ ਕਾਰੋਬਾਰ ਚੱਲ ਚੁੱਕਾ ਹੈਗਾ। ਬਟ ਜਿਹੜੇ ਬੱਚੇ ਹਜੇ ਇੰਡੀਆ ਬੈਠੇ ਸੀ, ਡਰਾਇਆ ਜਾ ਰਿਹਾ ਹੈਗਾ, ਤਾਂ ਉਹ ਤਾਂ ਇਸ ਵੇਲੇ ਮਤਲਬ ਕਿ ਬਹੁਤ ਨੈਗਟਿਵ ਆ। ਬੱਚਾ ਵਰਡ ਤਾਂ ਯੂਜ਼ ਕਰ ਰਿਹਾ ਕਿਉਂਕਿ ਬੱਚੇ ਹਮੇਸ਼ਾ ਕਹਿੰਦੇ ਨਾ ਇਨਫਲੂਐਂਸਡ ਛੇਤੀ ਹੋ ਜਾਂਦੇ, ਗੱਲਾਂ 'ਚ ਛੇਤੀ ਆ ਜਾਂਦੇ ਹੈਗੇ ਆ, ਹਿੰਮਤ ਵੀ ਛੇਤੀ ਛੱਡ ਦਿੰਦੇ ਨੇ, ਦਲੇਰੀ ਵੀ ਪੂਰੀ ਹੁੰਦੀ ਆ। ਬਸ ਗੱਲ ਕੀ ਹੁੰਦੀ ਆ ਨਾ, ਕਿ ਥਾਪੀ ਦੇਣ ਦੀ ਲੋੜ ਨਹੀਂ, ਇਸ ਵੇਲੇ ਥਾਪੀ ਦੇਣ ਵਾਲੇ ਤਾਂ ਨਹੀਂ ਕੋਈ ਹੈਗੇ, ਪਰ ਆਹ ਚੀਜ਼ ਜਿਹੜੀ ਕੀ ਆ ਬਹੁਤ ਜ਼ਿਆਦਾ ਨੈਗਟਿਵ ਹੈਗੀ ਆ। ਅਤੇ ਇਹਦੇ 'ਚ ਮੈਂ ਹੋਰ ਐਡ ਔਨ ਕਰ ਦੇਵਾਂ ਸਰ, ਡੱਲਾ ਸਰ ਤੁਸੀਂ ਵੀ ਇਹ ਚੀਜ਼ ਨਾ ਇੰਨੇ ਮਤਲਬ ਕਿ ਸੀਨੀਅਰ ਪੱਤਰਕਾਰ, ਇੰਨੀਆਂ ਵੀਡੀਓ ਤੁਸੀਂ ਵੀ ਦੇਖ ਰਹੇ, ਇੰਨੀ ਨਿਊਜ਼ ਤੁਸੀਂ ਵੀ ਸੁਣਦੇ ਆ ਸਰ, ਜ਼ਿਆਦਾ ਇਹ ਵੀਡੀਓ ਮੈਂ ਜੇ ਆਪਣੀ ਗੱਲ ਕਰਾਂ ਸਰ, ਮੈਂ ਹੋਰ ਕਿਸੇ ਕਮਿਊਨਿਟੀ ਵੱਲੋਂ ਇਹ ਵੀਡੀਓਜ਼ ਅੱਜ ਤੱਕ ਦੇਖੀਆਂ ਨਹੀਂ ਹੈਗੀਆਂ। ਜ਼ਿਆਦਾਤਰ ਪੋਜ਼ਿਟਿਵ ਵੀਡੀਓ ਦੇਖੀਆਂ, ਬੜਾ ਦਿਲ ਖੁਸ਼ ਹੁੰਦਾ ਜਦੋਂ ਪੋਜ਼ਿਟਿਵ ਵੀਡੀਓ ਕੋਈ ਪਾਉਂਦਾ ਜੀ, ਦੇਖੋ ਮੈਂ ਇੰਨਾ ਕਾਰੋਬਾਰ ਇਕੱਠਾ ਕਰ ਲਿਆ, ਸਾਰਾ ਕੁਝ ਕਰ ਲਿਆ। ਸੋ ਮੈਂ ਤਾਂ ਕਹਿੰਦਾ ਨਾ, ਉੱਦਾਂ ਦੀਆਂ ਵੀਡੀਓਜ਼ ਨੂੰ ਨਾ ਚਾਹੇ ਜਿਹਦੀ ਮਰਜ਼ੀ ਹੋਵੇ ਦਬਾ ਕੇ ਸ਼ੇਅਰ ਕਰਿਆ ਕਰੋ, ਪੋਜ਼ਿਟਿਵਿਟੀ ਨੂੰ ਸਪਰੈਡ ਕਰੋ। ਦੂਜੀ ਚੀਜ਼ ਇਹ 'ਚ ਐਡ ਔਨ ਕਰਦਾ ਸਰ, ਕੈਨੇਡਾ ਦਾ ਵੀਜ਼ਾ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਮਿਹਨਤ ਨਾਲ ਲਿਆ,
ਜਿਨ੍ਹਾਂ ਦੀਆਂ ਫਾਈਲਾਂ ਦੇ ਨਾਂ ਵੀ ਹੋਈ ਸੀਗੀ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਇਸ ਵੇਲੇ ਉਹ ਸੈੱਟ ਆ ਜਾਂ ਨਹੀਂ ਸੈੱਟ ਹੈਗੇ। ਆ ਪਿਛਲੇ ਸਮੇਂ ਦੇ ਵਿੱਚ ਸਰ ਰੌਲਾ ਵੀ ਆ ਹੁਣੀ ਤੋਂ ਸ਼ੁਰੂ ਹੋਇਆ ਨਾ 2023 ਤੋਂ ਆ ਸਾਰੀਆਂ ਚੀਜ਼ਾਂ ਦਾ। ਸਰ ਜਦੋਂ ਕਹਿੰਦੇ ਨਾ ਚੀਜ਼ ਆਸਾਨੀ ਨਾਲ ਮਿਲ ਜੇ ਉਸ ਇਹਦੀ ਹਮੇਸ਼ਾ ਕਦਰ ਘੱਟ ਹੁੰਦੀ ਆ। ਆ ਚੀਜ਼ਾਂ ਸਰ ਕੈਨੇਡਾ ਦਾ ਵੀਜ਼ਾ ਨਾ ਮਜ਼ਾਕ ਬਣ ਚੁੱਕਾ, ਤਾਂ ਹੀ ਮੈਂ ਕਹਿੰਦਾ ਹੁੰਦਾ ਪੈਕੇਜ ਪੁਕੇਜ ਦੇ ਵਿੱਚੋਂ ਵੀਜ਼ਾ ਵੂਜ਼ਾ ਤਾਂ ਇਸ ਵੇਲੇ ਬਹੁਤ ਸੌਖਾ ਹੋ ਗਿਆ, ਬਹੁਤ ਜ਼ਿਆਦਾ ਸੌਖਾ ਕੈਨੇਡਾ ਦਾ ਵੀਜ਼ਾ ਲੈਣਾ। ਮੈਂ ਆਪਣੀ ਗੱਲ ਕਰੂੰਗਾ, ਜਿਹੜੇ ਟਾਈਮ 'ਚ ਅਸੀਂ ਗਏ ਸੀ ਨਾ ਸਰ, ਉਸ ਟਾਈਮ 'ਤੇ ਵੀਜ਼ਾ ਲੱਗਣਾ ਐਡੀ ਕੁ ਜ਼ਿਆਦਾ ਵੱਡੀ ਗੱਲ ਸੀ ਨਾ। ਮੈਂ 2005 ਦੀ ਤੁਹਾਡੇ ਨਾਲ ਗੱਲ ਕਰਨ ਦਿਆਂ, ਇੰਨੀ ਕੁ ਜ਼ਿਆਦਾ ਵੱਡੀ ਗੱਲ ਸੀ ਕਿ ਉਦੋਂ ਚੱਲਦਾ ਹੁੰਦਾ ਸੀਗਾ ਕਿ ਹਾਂ ਵੀ ਡੌਂਕੀਆਂ ਲਾ ਕੇ ਜਾਣਾ। ਸੋ ਜਦੋਂ ਵੀਜ਼ਾ ਲੱਗਾ ਸੀ ਨਾ, UK ਦਾ ਵੀਜ਼ਾ ਅਪਰੂਵ ਹੋਇਆ ਸੀਗਾ, ਅਤੇ ਸਰ ਇਹ ਸੱਚਾਈ ਆ ਜੋ ਮੇਰੇ ਨਾਲ ਬੀਤੀਆਂ ਪਰਸਨਲ। ਆਪਣੇ 20-25 ਬੰਦੇ ਛੱਡਣ ਗਏ ਅਤੇ 20-25 ਬੰਦੇ ਲੈਣ ਆਏ ਸੀ ਕਿ ਯਾਰ ਬੰਦਾ ਪਲੇਨ 'ਚ ਕਿੱਦਾਂ ਆ ਗਿਆ। ਸਟੂਡੈਂਟ ਵੀਜ਼ਾ ਇੰਟਰਵਿਊ ਦੇ ਕੇ, ਇੰਟਰਵਿਊ ਆਉਂਦੀ ਸੀ ਬੇਟਾ ਵੀਜ਼ਾ ਆਫਿਸਰ ਦੇ ਸਾਹਮਣੇ ਬਹਿ ਕੇ ਫੇਸ ਟੂ ਫੇਸ, ਕੋਈ ਇੱਦਾਂ ਨਹੀਂ ਸੀ ਕਿ ਏਜੰਟਾਂ ਦੇ ਜਿੱਦਾਂ ਮੈਂ ਬੋਲ ਰਿਹਾ ਯੂਟਿਊਬ 'ਤੇ ਸਲਾਹਾਂ ਦੇ ਰਿਹਾ, ਕੁਛ ਨਹੀਂ ਸੀਗਾ ਇੱਦਾਂ, ਅਤੇ ਆਪ ਸਾਰਾ ਕੁਛ ਉਦੋਂ ਕਰਨਾ ਪੈਂਦਾ ਸੀ। ਤਾਂ ਯੈਸ ਤਵੱਜੋ ਸੀਗੀ, ਜਦੋਂ ਬੰਦਾ ਮਿਹਨਤ ਕਰਕੇ ਜਿਹੜਾ ਔਖਾ ਸੀਗਾ ਨਾ ਅਤੇ ਵਾਪਸ ਆਉਣਾ ਤਾਂ ਸੌਟ ਵੀ ਨਹੀਂ ਆਉਂਦਾ ਹੁੰਦਾ ਸੀ ਕਿੱਦਾਂ ਹੁੰਦਾ। ਸੋ ਔਖਾ ਸਮਾਂ ਤਾਂ ਉਸ ਵੇਲੇ ਵੀ ਸੀਗਾ, ਉਸ ਵੇਲੇ ਵੀ ਚੈਲੇਂਜ ਸੀਗੇ, ਅਤੇ ਅੱਜ ਵੀ ਜਿਹੜੀ ਕਿ ਉਹੀ ਚੀਜ਼ ਆ। ਸੋ ਅੱਜ ਦੀ ਇਸ ਵੀਡੀਓ 'ਚ ਮੈਂ ਇੱਕ ਹੋਰ ਗੱਲ ਕਰਨੀ ਸ਼ੁਰੂ ਕਰੂੰਗਾ ਆਪਣੇ ਬੱਚਿਆਂ ਨੂੰ ਨਾ, ਜਿਹੜਾ ਤਾਂ ਬੱਚਾ ਕੰਮ ਕਰਦਾ ਲੱਗਾ ਹੋਇਆ, ਆਪਣੇ ਬੱਚੇ ਨੂੰ ਪੁੱਛੋ ਤੇਰੇ ਆਲੇ ਦੁਆਲੇ ਨਾਲ ਦੇ ਬੱਚੇ ਕਿੱਦਾਂ, ਸਾਰੇ ਕੰਮ 'ਤੇ ਹੋਣਗੇ। ਅਤੇ ਜਿਹਦੇ ਬੱਚੇ ਨੂੰ ਕੰਮ ਨਹੀਂ ਮਿਲਿਆ ਉਹ ਵੀ ਆਪਣੇ ਬੱਚੇ ਨੂੰ ਇਹ ਸਵਾਲ ਪੁੱਛੋ ਕਿ ਤੇਰੇ ਆਲੇ ਦੁਆਲੇ ਕਿੱਦੇ, ਅਤੇ ਉਹ ਵੀ ਇਹ ਚੀਜ਼ ਜਵਾਬ ਦੇਣਗੇ ਜੀ ਸਾਰੇ ਵਿਹਲੇ ਬੈਠੇ ਕੰਮ ਨਹੀਂ ਹੈਗਾ। ਸੋ ਆਪਣੇ ਬੱਚਿਆਂ ਦੀ ਜਿਹੜੀ ਕੀ ਆ ਸੰਗਤੀ ਜ਼ਰੂਰ ਬਦਲੋ, ਬੱਚਿਆਂ ਨੂੰ ਕਹੋ ਬੇਟਾ ਬਦਲਦੇ ਉਹਨਾਂ ਬੰਦਿਆਂ ਵਿੱਚ ਜਾ ਕੇ ਰਹਿ ਜਿਹਨਾਂ ਤੋਂ ਕੰਮ ਆ, ਤੈਨੂੰ ਵੀ ਜਿਹੜਾ ਕਿ ਇਹ ਕੰਮ ਜ਼ਰੂਰ ਲੱਭੇਗਾ। ਕਿਉਂਕਿ ਇਸ ਲਈ ਨਾ ਕੰਪੀਟੀਸ਼ਨ ਹੈਗਾ, ਕਿਉਂਕਿ ਜਦੋਂ ਬੰਦਾ ਸਾਰੇ ਜਣੇ ਬੈਠੇ ਯਾਰ ਕੰਮ ਤਾਂ ਹੈ ਨਹੀਂ, ਕੀ ਕਰਨਾ, ਮੋਟੀਵੇਸ਼ਨ ਹੀ ਨਹੀਂ ਆਉਣੀ ਅੰਦਰੋਂ। ਸੋ ਇਸ ਲਈ ਬੱਚਿਆਂ ਨੂੰ ਦਲੇਰੀ ਜ਼ਿਆਦਾ ਰੱਖਣ ਦੀ ਲੋੜ ਆ। ਸੋ ਨੈਗੇਟਿਵ ਗੱਲਾਂ ਹਮੇਸ਼ਾ ਮੈਂ ਕਹਿੰਦਾ ਹੁੰਦਾ ਨੈਗੇਟਿਵ ਗੱਲਾਂ ਜ਼ਿਆਦਾ ਸਪਰੈਡ ਕਰਦੀਆਂ। ਸੋ ਦੈਟਸ ਵਾਈ ਇਹ ਕੈਨੇਡਾ ਨੈਗੇਟਿਵ ਆ। ਹਾਂ ਚੈਲੇਂਜ ਜ਼ਰੂਰ ਆ, ਮਿਹਨਤ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈਗੀ ਆ, ਇੱਕ ਯੂਨੀਕਨੈਸ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ। ਇਸ ਵੇਲੇ ਬੱਚੇ ਜਿਹੜੇ ਉੱਥੇ ਗਏ ਉਹਨਾਂ ਨੂੰ ਪੜ੍ਹਾਈ 'ਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ। ਸੋ ਉਹ ਚੀਜ਼ਾਂ ਦਾ ਜਿਹੜਾ ਕੀ ਆ ਖਿਆਲ ਰੱਖਣ ਦੀ ਲੋੜ ਆ। ਅਤੇ ਬਾਕੀ ਮਾਰਕ ਮਾਈ ਵਰਡਸ, ਅੱਜ ਵੀਡੀਓ ਸ਼ੇਅਰ ਕਰ ਲਓ, 2024-25 ਦੇ ਵਿੱਚ ਔਕੜਾਂ ਜ਼ਰੂਰ ਹੋ ਸਕਦੀਆਂ, ਬਟ ਇਸ ਤੋਂ ਬਾਅਦ ਬੇਟਾ ਜਦੋਂ ਇਹ ਸਰਕਾਰਾਂ ਚੇਂਜ ਹੋਣੀਆਂ, ਸਿਰਫ ਹੁਣ ਇਲੈਕਸ਼ਨਸ ਆ, ਜਦੋਂ ਸਾਰਾ ਕੁਛ ਚੇਂਜ ਹੋਣਾ ਨਾ, ਅਤੇ ਤੁਸੀਂ ਵੀ ਇਹ ਚੀਜ਼ਾਂ ਯਾਦ ਕਰਕੇ ਦੇਖਿਓ ਵੀ ਜਿਹੜਾ ਕੈਨੇਡਾ ਦਾ ਵੀਜ਼ਾ, ਆਪਾਂ ਕਹਿੰਦੇ ਕਿ ਹਾਏ ਇੰਨਾ ਸੌਖਾ ਵੀ ਕਈ ਵਾਰੀ ਲੱਗਦਾ ਹੁੰਦਾ ਸੀਗਾ। ਸੋ ਇਹ ਵੀ ਚੀਜ਼ਾਂ ਯਾਦ ਜਿਹੜੀ ਕਰਕੇ ਮਤਲਬ ਕਿ ਦੇਖਣੀਆਂ। ਅਤੇ ਜਿਹੜੇ ਬੱਚੇ ਉੱਥੇ ਇਸ ਵੇਲੇ ਹੁਣ ਵੀ ਜਾਣਾ ਚਾਹੁੰਦੇ ਆ, ਸਿਰਫ ਇੱਕੋ ਚੀਜ਼ ਦਾ ਖਿਆਲ ਰੱਖਣ ਦਾ ਲੋੜ ਆ, ਆਪਣੀ ਤਿਆਰੀ ਕਰਕੇ ਜਾਓ, ਆਉਣ ਵਾਲੇ 5 ਸਾਲਾਂ ਦਾ ਕਰੀਅਰ ਗੋਲ ਕਲੀਅਰ ਕਰਕੇ ਜਾਓ, ਸਹੀ ਕੋਰਸ ਦੇ ਵਿੱਚ ਜਾਓ, ਸਰਕਾਰੀ ਕਾਲਜ ਦੇ ਵਿੱਚ ਜਾਓ, ਜ਼ਰੂਰ ਸਿਰਾ ਲੱਗੂਗਾ, ਔਫਰਾਂ ਤੋਂ ਬਚ ਕੇ ਜਾਓ। ਅਤੇ ਜਿਹੜੇ ਬੱਚੇ ਉੱਥੇ ਸੈੱਟ ਵੀ ਹੋਏ, ਤਾਂ ਮੈਂ ਤਾਂ ਕਹੂੰਗਾ ਜੇ ਪੇਰੈਂਟਸ ਦੇਖ ਰਹੇ ਜਾਂਦੇ ਬੱਚੇ ਪਹੁੰਚੇ ਹੋਏ, ਉਹਨਾਂ ਨੂੰ ਵੀ ਅਪੀਲ ਆ ਆਪਣੇ ਬੱਚਿਆਂ ਦੀਆਂ, ਉਹਨੂੰ ਕਹੋ ਕਿ ਕਾਮਯਾਬੀ ਦੀਆਂ ਵੀਡੀਓ ਜ਼ਰੂਰ ਬਣਾਓ। ਹੋ ਸਕਦਾ ਤੁਹਾਡੀ ਵੀਡੀਓ ਕੋਈ ਦੇਖ ਕੇ ਕਿਸੇ ਦਾ ਜਿਹੜੀ ਕਿ ਡਿਗਰੀ ਢਹਿੰਦੀ ਹੋਈ ਜਿਹੜੀ ਹਿੰਮਤ ਆ ਉਹ ਜਿਹੜੀ ਕਿ ਸਿਰੇ ਲੱਗ ਸਕੇ। ਸਰ ਓਵਰਆਲ ਮੈਂ ਪਿਕਚਰ ਨੂੰ ਸਰ ਪੋਜ਼ੀਟਿਵ ਹੀ ਦੇਖਦਾ, ਚਾਹੇ ਮੇਰਾ ਕਾਰੋਬਾਰ ਆ, ਚਾਹੇ ਬੱਚੇ ਜਿਹੜੇ ਮਰਜ਼ੀ ਕਮੈਂਟ ਮਾਰਨ, ਪਰ ਸੱਚਾਈ ਦਾ ਸੱਚਾਈ ਰਹਿਣੀ ਆ। ਬਹੁਤ ਸਾਰੇ ਬੱਚੇ ਲਾਈਵ ਐਗਜ਼ਾਮਪਲਸ ਆ, ਮੈਂ ਤਾਂ ਕਹੂੰਗਾ ਕਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੈਂ ਵੀਡੀਓਸ ਬੱਚੇ ਦੀ ਫੋਨਾਂ 'ਤੇ ਗੱਲ ਵੀ ਕਰਾ ਸਕਦਾ, ਜਿਹੜੇ ਬੱਚੇ ਬਹੁਤ ਜ਼ਿਆਦਾ ਜਿਹੜੇ ਕੀ ਆ ਸੈਟਲਡ ਹੈਗੇ ਆ ਅਤੇ ਵਧੀਆ ਕੰਮ ਕਰ ਰਹੇ ਆ, ਅਤੇ ਉਹ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਵੀ ਹੈਗੇ। ਚਲੋ, ਬਹੁਤ ਹੀ ਕਲੈਰਿਟੀ ਤੁਸੀਂ ਦਿੱਤੀ ਚੰਗੇ ਤਰੀਕੇ ਨਾਲ, ਪਹਿਲਾਂ ਵੀ ਬੜੇ ਚੰਗੇ ਤਰੀਕੇ ਨਾਲ ਤੁਸੀਂ ਆਪਣੀ ਗੱਲ ਰੱਖਦੇ ਰਹੇ ਹੋ, ਵਿਦਿਆਰਥੀ ਭਰੋਸਾ ਵੀ ਕਰਦੇ ਨੇ ਤੁਹਾਡੀਆਂ ਗੱਲਾਂ 'ਤੇ। ਸੋ 85578 'ਤੇ ਫੋਨ ਕਰਕੇ ਤੀਰਥ ਜੀ ਦੇ ਨਾਲ ਸਮਾਂ ਲਓ, ਫਿਰ ਫੈਸਲੇ ਕਰੋ। ਕੋਈ ਹੋਰ ਕਲੈਰਿਟੀ ਚਾਹੀਦੀ ਹੈ ਤਾਂ ਨਿੱਜੀ ਤੌਰ 'ਤੇ ਵੀ ਮਿਲੋ। ਬਹੁਤ ਧੰਨਵਾਦ।